ਐਜ਼ ਏ ਨੈਬ ਸੂਬੇਦਾਰ 267 ਇੰਜੀਨੀਅਰ ਰੈਜੀਮੈਂਟ ਦੇ ਵਿੱਚੋਂ ਰਿਟਾਇਰਮੈਂਟ 2011 ਦੇ ਵਿੱਚ ਮੈਂ ਰਿਟਾਇਰਮੈਂਟ ਹੋਈ। ਮੇਰਾ ਬੱਚਾ ਜੀ 3 ਸਿਖਲਾਈ ਰੈਜੀਮੈਂਟ ਦੇ ਵਿੱਚ ਸੀ, ਜੋ ਕਿ ਰਜੌਰੀ ਵਿਖੇ ਤੈਨਾਤ ਸੀਗਾ ਜੀ। ਤੋ ਅੰਬਾਲਾ ਕਿਸੇ ਆਪਣੇ ਕੋਰਸ ਕਰਨ ਵਾਸਤੇ ਇੱਥੇ ਆਏ ਹੋਏ ਸੀਗੇ, ਡਿਊਟੀ ਦੇ ਦੌਰਾਨ ਉਹਨਾਂ ਨੂੰ ਮੌਤ ਹੋਈ ਹੈ ਜੀ। ਮੈਂ ਸਰਕਾਰਾਂ ਨੂੰ ਇਹੀ ਮੰਗ ਕਰਦਾ ਕਿ ਮੇਰਾ ਬੱਚਾ ਵੀ ਡਿਊਟੀ ਦੌਰਾਨ ਸ਼ਹੀਦ ਹੋਇਆ, ਉਹਨੂੰ ਜੋ ਸਰਕਾਰ ਵੱਲੋਂ ਬਣਦਾ ਮਾਨ ਸਮਾਨ ਮਿਲਣਾ ਚਾਹੀਦਾ। ਸ਼ਹੀਦਾਂ ਦਾ ਮਾਨ ਸਮਾਨ ਇੱਕ ਰੱਬ ਦਾ ਸਮਾਨ, ਜੇ ਆਪਾਂ ਸ਼ਹੀਦਾਂ ਦਾ ਸਨਮਾਨ ਕਰਾਂਗੇ, ਦੇਖੋ ਪਰਮਾਤਮਾ ਦੀ ਪੂਜਾ ਕੀ, ਉਹਨਾਂ ਨੇ ਆਪਣੇ ਦੇਸ਼ ਲਈ ਆਪਣੀ ਜਿੰਦ ਜਾਨ ਲਾਈ ਹੈ, ਇਹ ਸੱਚੀ ਸੁੱਚੀ ਨੌਕਰੀ ਕਰਕੇ ਕਰ ਰਹੇ ਸੀਗੇ। ਮੈਂ ਸਰਕਾਰਾਂ ਤੋਂ ਇਹੀ ਮੰਗ ਕਰਦਾ ਕਿ ਮੇਰੇ ਬੱਚੇ ਨੂੰ ਸ਼ਹੀਦਾਂ ਦਾ ਸਨਮਾਨ ਦਿੱਤਾ ਜਾਵੇ, ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ। ਇਹ ਜੇ ਸਿਪਾਹੀ ਸੰਦੀਪ ਸਿਮਰਨਜੀਤ ਸਿੰਘ ਆ, ਇਹ 18 ਦਸੰਬਰ 2018 ਕੋ ਭਰਤੀ ਹੋਇਆ ਸੀ। ਉਸ ਤੋਂ ਬਾਅਦ ਇਹ 2019 ਦੇ ਵਿੱਚ ਇਹਨੇ ਫਤਿਹਗੜ੍ਹ ਯੂਪੀ ਟ੍ਰੇਨਿੰਗ ਕੀਤੀ ਸਾਡੇ ਕੋਲ, ਮੈਂ ਉੱਧਰ ਹੀ ਇੰਸਟਰਕਟਰ ਥਾ। ਉਸ ਤੋਂ ਬਾਅਦ ਇਹ ਅਭੀ ਥ੍ਰੀ ਸਿਖਲਾਈ ਦੇ ਵਿੱਚ ਹੈ, 3 ਸਿਖਲਾਈ ਦੇ ਵਿੱਚ ਪੁੰਛ ਨੌਸ਼ਹਿਰਾ ਹੈ, ਇਸੇ ਪਹਿਲਾਂ 10 ਸਿਖਲਾਈ ਦੇ ਵਿੱਚ ਇਹ ਵੀ ਪ੍ਰੀ ਕੋਰਸ ਕਰ ਰਿਹਾ, ਔਰ ਉੱਧਰ ਸੰਡੇ ਕੋ 28 ਜੁਲਾਈ ਕੋ ਰਾਤ ਕੋ ਉਸ ਕੋ ਬੈੱਡ ਕੇ ਉੱਪਰ ਇੱਕ ਸੱਪ ਚੜ੍ਹ ਗਿਆ, ਜਿਹਨੇ ਉਸ ਕੋ ਪਾਲਟਾ ਲੈਤੇ ਹੋਏ ਉਸ ਕੋ ਡੰਗ ਮਾਰ ਲਿਆ, ਪਤਾ ਚਲਾ ਤਾਂ ਉਸ ਤੋਂ ਬਾਅਦ ਉਸ ਕੋ ਮਿਲਟਰੀ ਹੋਸਪਿਟਲ ਲੈ ਗਏ। ਲੜਕਾ ਬਹੁਤ ਵਧੀਆ ਸਰ, ਟ੍ਰੇਨਿੰਗ ਹਮਾਰੇ ਪਾਸ ਕੀ ਆ, ਬਹੁਤ ਵਧੀਆ ਹੋਣਹਾਰ ਲੜਕਾ ਥਾ, ਬਹੁਤ ਪੜ੍ਹਿਆ ਲਿਖਿਆ, ਸਰਕਾਰ ਕੋ ਜੋ ਇਸਕਾ ਬਣਤਾ ਸਨਮਾਨ ਹੈ ਸਰ। ਮੈਂ ਜੀ ਔਰਡਨਰੀ ਕੈਪਟਨ ਦਰਸ਼ਨ ਸਿੰਘ, ਮੈਂ ਇਹਨਾਂ ਦੇ ਨਾਲ ਬਹੁਤ ਸਾਰੀ ਨੌਕਰੀ ਕੀਤੀ ਹੈ, ਅਸੀਂ ਇੰਦਰਜੀਤ ਸਿੰਘ ਜੀ ਨਾਲ, ਇਹਨਾਂ ਦਾ ਬੇਟਾ ਜੋ ਡਿਊਟੀ ਦੇ ਦੌਰਾਨ ਸ਼ਹੀਦ ਹੋਇਆ। ਮੈਂ ਪੰਜਾਬ ਗੌਰਮੈਂਟ ਨੂੰ ਬੇਨਤੀ ਕਰਦਾ ਕਿ ਵੀ ਇਸ ਬੱਚੇ ਦਾ ਕੋਈ ਵੀ ਸਟੈਚੂ ਬਣਾ ਕੇ ਜਾਂ ਸਕੂਲ ਕਾਲਜ ਜਾਂ ਕੋਈ ਚੁਰਸਤੇ ਦੇ ਵਿੱਚ ਉਹਦਾ ਸਟੈਚੂ ਲਗਾ ਕੇ, ਤਾਂ ਕਿ ਆਉਣ ਵਾਲੀ ਜਨਰੇਸ਼ਨ ਹੈ ਉਹ ਤੋਂ ਅਵੇਅਰ ਹੋਵੇ ਕਿ ਬਈ ਅਸੀਂ ਫੌਜ ਦੇ ਵਿੱਚ ਸਾਡਾ ਵੀਰ ਮੰਨ ਲਓ ਸ਼ਹੀਦ ਹੋਇਆ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਮਤਲਬ ਬੱਚੇ ਦੇਖ ਕੇ ਇਹਨੂੰ ਅਵੇਅਰ ਹੋਣ, ਅਤੇ ਔਰ ਇਹਨਾਂ ਦਾ ਦੁੱਖ ਵੀ ਹਲਕਾ ਹੋਵੇ।